biggest South Asian media group, Y Media. Y Media. Y Media has newspaper, midweek, radio, South Asian Pulse, television. You are watching Channel Y. Channel Y. A South Asian Canadian channel. Online, SouthAsianDaily.com. The biggest South Asian media group, Y Media. You are watching Channel Y. Channel Y. A South Asian Canadian channel. ਆ ਜੀ ਨਿਸ਼ਾਨ ਸਿੰਘ ਪਿੰਡ ਰਾਣੀ ਵਿਲਾ ਤੋਂ ਆਣ ਕੇ ਬੰਦਿਆਂ ਨੂੰ ਤੰਗ ਕਰ ਰਿਹਾ ਵਾ ਤੇ ਆਹ ਵੇਖੋ ਆਣ ਕੇ ਬੰਦਿਆਂ ਨੂੰ ਕੁੱਟ ਕੁੱਟ ਕੇ ਨਾਲ ਬਾਹ ਖੜ ਰਿਹਾ ਵੀ ਤੁਸੀਂ ਨਾਲ ਜਨ ਜਾਓ ਆਹ ਸਾਰੇ ਵੇਖੋ ਵੀਡੀਓ ਬਣਾ ਆਹ ਵੇਖੋ ਜੀ ਇਹ ਬਣਾ ਰਿਹਾ ਨਿਸ਼ਾਨ ਸਿੰਘ ਆ ਇਹ ਬਣਾ ਰਿਹਾ ਵੀਡੀਓ ਇਹ ਉਂਗਲਾਂ ਦਿਖਾ ਰਿਹਾ ਮੈਨੂੰ ਮੇਰਾ ਤੈਨੂੰ ਮੈਂ ਫੜਾ ਦੂੰਗਾ ਠੀਕ ਆ ਤੇ ਆਹ ਵੇਖੋ ਉੱਧਰ ਕੀ ਕਹਿਆ ਵੇਖੋ ਮੈਲ ਫੜਦਾ ਕਿੱਦਾਂ ਆਹ ਵੇਖੋ ਮੋਬਾਈਲ ਕਿੱਦਾਂ ਫੜਿਆ ਸ਼ਰੇਆਮ ਸੜਨਾ ਇਹ ਕਰਨ ਦਿਆ ਵਾ ਧੱਕਾ ਤੇ ਪੁਲਿਸ ਵਾਲਾ ਮੋਬਾਈਲ ਖੋਲਿਆ ਪੱਤਰਕਾਰ ਆ ਜੀ ਇਹ ਮਠਾਲੂ ਸਿੰਘ ਆਹ ਵੇਖੋ ਦੀ ਪੱਗ ਆ ਚਪੇੜਾ ਚਪੇੜਾ ਮਾਰੀਆਂ ਵਾਲੇ ਮੋਬਾਈਲ ਖੋਲਿਆ ਜੀ ਆਹ ਕਰਕੇ ਉਹ ਤਰਲੋਚਰ ਸਿੰਘ ਸਾਹਮਣੇ ਐਸ ਆਈ ਖੜਾ ਉਹ ਲਗਾਤਾਰ ਬੰਦਿਆਂ ਨੂੰ ਕੁੱਟ ਕੇ ਗੱਡੀ 'ਚ ਪਾ ਰਿਹਾ ਨਾਲ ਨਿਸ਼ਾਨ ਸਿੰਘ ਪੁਲਿਸ ਲੈ ਗਿਆ ਨਿਸ਼ਾਨ ਸਿੰਘ ਦਾਬੇ ਮਾਰਨ ਦਿਆ ਆਹ ਵੇਖੋ ਗੱਲ ਸੁਣੋ ਮੇਰੀ ਸਾਰੀ ਮੀਡੀਆ ਨੂੰ ਇਹ ਬੰਦਿਆਂ ਨੂੰ ਇਤਰਾਜ ਆ ਮਗਰ ਮਗਰ ਭਜਾ ਫਿਰਨ ਦਿਆ ਆਹ ਨਿਸ਼ਾਨ ਸਿੰਘ ਭਜਾ ਅੱਛਾ ਆਹ ਵੇਖੋ ਗੱਲਾਂ ਆਹ ਵੇਖੋ ਦੀਆਂ ਗੱਲਾਂ ਆਹ ਨਿਸ਼ਾਨ ਸਿੰਘ ਆਹ ਗੱਲ ਪੈ ਰਿਹਾ ਜੀ ਸਾਡੇ ਵੇਖੋ ਆਣ ਕੇ ਸਰਿਆਲੀ ਆਣ ਕੇ ਨੇ ਪੁਲਿਸ ਲਿਆ ਕੇ ਸਾਡੇ ਗੱਲ ਪੈ ਰਿਹਾ ਵੇਖੋ ਨਾਲ ਪੁਲਿਸ ਲਿਆ ਕੇ ਸਰਿਆਮ ਗੁੰਡਾਗਰਦੀ ਕਰਨ ਦਿਆ ਨਿਸ਼ਾਨ ਸਿੰਘ ਆਹ ਸਰਿਆਮ ਗੁੰਡਾਗਰਦੀ ਕਰਨ ਦਿਆ ਨਿਸ਼ਾਨ ਸਿੰਘ ਅੱਛਾ ਇਹ ਸਭ ਕਿਹਨੂੰ ਕਹਾਂ ਵੀਰ ਵੀਡੀਓ ਬਣਾਈ ਬਣਾਈ ਮੇਰਾ ਵੀਡੀਓ ਬਣਾਇਆ ਯਾਰ ਧੱਕਾ ਕਰਨ ਦਿਆ ਬਣਾਓ ਯਾਰ ਆਹ ਵੇਖੋ ਜੀ ਕੀ ਕਰਨ ਦਿਆ ਨਿਸ਼ਾਨ ਸਿੰਘ ਆਹ ਵੇਖੋ ਭਜਾ ਫਿਰਦਾ ਆਹ ਵੇਖੋ ਜੀ ਆਹ ਵੇਖੋ ਜੁੰਡਿਆਂ ਤੋਂ ਫੜਿਆ ਆਹ ਵੇਖੋ ਬੰਦੇ ਨੂੰ ਜੁੰਡਾ ਫੜਿਆ ਆਹ ਵੇਖੋ ਆਹ ਕਰਨ ਦਿਆ ਇਹ ਧੱਕੇ ਨਾਲ ਨਿਸ਼ਾਨ ਸਿੰਘ ਲੈ ਗਿਆ ਪੁਲਿਸ ਓਏ ਜਾਣ ਦੇ ਗੱਡੀ ਨਾ ਬੈਠਦੀ ਆਹ ਵੇਖੋ ਰੋਣਦੀ ਕਿੱਦਾਂ ਜਨਾਨੀ ਇਹ ਨਿਸ਼ਾਨ ਸਿੰਘ ਦੀ ਹਾਲਤ ਵੇਖੋ ਆਹ ਨਿਸ਼ਾਨ ਸਿੰਘ ਆਹ ਸਾਹਮਣੇ ਨਿਸ਼ਾਨ ਸਿੰਘ ਆਪਦੀ ਗੱਡੀ 'ਚ ਪਾ ਲਿਆ ਆਹ ਆਪਦੀ ਗੱਡੀ ਆ ਆਹ ਵੇਖੋ ਆਪਦੀ ਗੱਡੀ ਆ ਆਹ ਇਹ ਗੱਡੀ ਦਾ ਨੰਬਰ ਆ ਆਹ ਵੇਖੋ PB04040270 ਇਹ ਬੰਦਾ ਗੱਡੀ 'ਚ ਪਾ ਕੇ ਧੱਕੇ ਨਾਲ ਬੰਦਾ ਨਾਲ ਪੁਲਿਸ ਲਿਆ ਕੇ ਬੰਦਾ ਲੈ ਗਿਆ ਨਾਲੇ ਘਰ ਭੰਨਿਆ ਇੱਟਾਂ ਮਾਰ ਮਾਰ ਕੇ ਨਾਲੇ ਸ਼ੀਸ਼ੇ ਭੰਨੇ ਇੱਟਾਂ ਮਾਰ ਮਾਰ ਕੇ ਵੇਖੋ ਇਹਦੀ ਹਾਲਤ ਆ ਆਹ ਇੱਕ ਮਠਾਰੂ ਪੱਤਰਕਾਰ ਆ ਉਹ ਆਇਆ ਤੇ ਉਹਦੀ ਪੱਗ ਲਾਤੀ ਆ ਉਹਦੇ ਸੱਟਾਂ ਲਾਈਆਂ ਇਹਨਾਂ ਨੇ ਇਹ ਇਹਨਾਂ ਦੀ ਕਤੂਤ ਆ ਚੋਲੇ ਵਾਲਾਂ ਦੀ ਇਹ ਨਾਲ ਪੁਲਿਸ ਰਲ ਕੇ ਕੰਮ ਕਰਵਾ ਰਹੀ ਸਰ ਬੋਲ ਹੁਣ ਬੋਲ ਮੈਂ ਜੀ ਇੱਕ ਪੰਜਾਬੀ ਡਾਕੀ ਅਖਬਾਰ ਦਾ ਪੱਤਰਕਾਰ ਹੋਣ ਦੇ ਨਾਤੇ ਮੈਂ ਆਪਣੇ ਕਿਸੇ ਕੰਮ ਤੋਂ ਸਿਰਾਲੀ ਪਲਵਿੰਦਰ ਸਿੰਘ ਖਾਸਰੇ ਨਾਲ ਆ ਰਿਹਾ ਸੀਗਾ ਔਰ ਅਸੀਂ ਜਦੋਂ ਵੇਖਿਆ ਕਿ ਸਿਰਾਲੀ ਜੋ ਕਿ ਕ੍ਰੋਸਿੰਗ ਪੁਲ ਬਣਿਆ ਹੈ ਉਸ ਪੁਲ ਦੇ ਥੱਲੇ ਨਿਸ਼ਾਨ ਸਿੰਘ ਰਾਣੀ ਵਾਲਾ ਔਰ ਉਹਨਾਂ ਦੇ ਨਾਲ ਤਰਲੋਚਨ ਸਿੰਘ SI ਚੂਲਾ ਸਾਹਿਬ ਜੋ ਤੈਨਾਤ ਹੈ ਡਿਊਟੀ 'ਤੇ ਲੱਕਾ ਸਿੰਘ ਹੋਲਦਾ ਅਤੇ ਇੱਕ ਮੁਲਾਜ਼ਮ ਹੋ ਰਿਹਾ ਉਹ ਬਦ ਸਲੂਕੀ ਕਰ ਰਹੀ ਹੈ ਇਸ ਜਨਾਨੀ ਨੂੰ ਜਿਹੜੀ ਭੈਣ ਹੈ ਸਾਡੀ ਇਹਨੂੰ ਖਿੱਚ ਕੇ ਗੱਡੀ ਦੇ ਵਿੱਚ ਬਿਠਾ ਰਿਹਾ ਉਸਦੇ ਕੱਪੜੇ ਵੀ ਪਾਟੇ ਨੇ ਵੇਖੋ ਅਸੀਂ ਆਹ ਵੇਖੋ ਜੀ ਆਹ ਵੇਖੋ ਜੀ ਕੱਪੜੇ ਪਾ ਰਹੇ ਆ ਬੱਚਾ ਹੀ ਆਹ ਵੇਖੋ ਕਿੰਨੀ ਮਾੜੀ ਹਾਲਤ ਹੈ ਪਾੜੇ ਜਦੋਂ ਮੈਂ ਬਚਾਉਣ ਦੀ ਕੋਸ਼ਿਸ਼ ਕੀਤੀ ਆ ਮੇਰੇ ਨਾਲ ਇੰਨੀ ਕੁ ਪੁਲਿਸ ਨੇ ਆਪਣੇ ਨਿਸ਼ਾਨ ਸਿੰਘ ਨੇ ਤੇ ਹੋਰ ਜਿਹੜਾ ਤਰਲੋਚਨ ਸਿੰਘ SI ਜਾਂ ਲੱਕਾ ਸਿੰਘ ਵਾਲੇ ਬਦ ਸਲੂਕੀ ਕਰਕੇ ਆਹ ਮੇਰੇ ਚਪੇੜਾ ਮਾਰ ਕੇ ਮੁੱਕੀਆਂ ਮਾਰ ਕੇ ਮੇਰੀ ਪੱਗ ਉਤਾਰੀ ਆ ਇਸ ਪੱਗ ਉਤਾਰਨ ਦਾ ਮਾਮਲਾ ਵੀ ਜਿਹੜਾ ਵਾ ਉਹ ਵੀ ਅਦਾਲਤ ਦੇ ਵਿੱਚ ਅਸੀਂ ਖੜਾਂਗੇ ਇਹਨਾਂ ਦੇ ਖਿਲਾਫ਼ ਜਿਹੜਾ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ ਔਰ ਇਹਨਾਂ ਨੂੰ ਦੱਸਾਂਗੇ ਸੰਗਤ ਪੁੱਛੋ ਵੀ ਇਹ ਕੰਮ ਹੋਇਆ ਪੁੱਛੋ ਸਾਰੀ ਸੰਗਤ ਆਹ ਸਾਰੀ ਸੰਗਤ ਦੇ ਸਾਹਮਣੇ ਕੰਮ ਹੋਇਆ ਜਿੰਨੀ ਸੰਗਤ ਇੱਥੇ ਖਲੋਤੀ ਆ ਇਹਨਾਂ ਦੇ ਸਾਹਮਣੇ ਸ਼ਰੇਆਮ ਚੌਂਚ ਗੁੱਡਾ ਕਰਦੀ ਹੋਈ ਆ ਸਾਰਿਆਂ ਦੇ ਸਾਹਮਣੇ ਕੰਮ ਹੋਇਆ ਜੀ ਇਹ ਸਾਰੇ ਗਵਾਹ ਆ ਇੱਥੇ ਸਰਿਆਲੀ ਦੇ ਮੋੜ ਦੇ ਉੱਤੇ ਕੰਮ ਹੋਇਆ ਸਾਹਮਣੇ ਜਦੋਂ ਇਹਨੇ ਨਾ ਕਹਿਣ ਨਾ ਕੋਈ ਯਾਰ ਤੁਸੀਂ ਕਾਹਦਾ ਹਮਰ ਵੀਰ
ਜਿਹੜਾ ਘਰ ਵਾਲਾ ਜਿਹੜਾ ਉਹ ਨੰਬਰਦਾਰ ਹੈ ਪਿੰਡ 'ਚ ਉਹਦੇ ਦੇ ਪਿੰਡ ਵਾਸੀਆਂ ਦੀ ਨੀਤ ਦੇ ਨਾਲ ਉਹਦੇ ਘਰ ਦੇ ਵਿੱਚ ਗਏ ਜਦੋਂ ਉੱਥੇ ਰੌਲਾ ਰੱਪਾ ਪੈ ਗਿਆ ਫਿਰ ਉਹ ਭੱਜ ਗਏ ਜਦੋਂ ਲੈਣ ਵਾਸਤੇ ਜਲ ਜਾ ਰਹੇ ਸੀ ਸਰਿਆਲੀ ਪਿੰਡ ਵਾਲਾ ਜੋ ਨਿਸ਼ਾਨ ਸਿੰਘ ਆ ਉਹਨੇ ਨਾਲ ਲੈ ਕੇ ਪੁਲਿਸ ਨੂੰ ਦੱਸਿਆ ਜਾ ਜਿਹੜਾ ਉਹਦਾ ਮੋਬਾਈਲ ਵੀ ਖੋਲਿਆ ਗਿਆ ਉਹ ਦਸਤਾਰ ਜਿਹੜੀ ਹੈ ਉਹ ਵੀ ਲਾਹ ਦਿੱਤੀ ਗਈ ਚੋਲਾ ਸਾਹਿਬ ਟਾਣੇ ਉੱਥੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਰ ਕੱਲ੍ਹ ਖਹਿਰਾ ਸਾਹਿਬ ਉੱਥੇ ਪਿੰਡ ਦੇ ਵਿੱਚ ਰਾਣੀ ਵਾਲਾ ਕਿਤੇ ਸਾਨੂੰ ਪਹੁੰਚਾਉਣ ਤੋਂ ਪਹਿਲਾਂ ਡੀਐਸਪੀ ਅਤੇ ਡੀਐਸਪੀ ਨਾਲ ਗੱਲ ਕੀਤੀ ਕਿ ਜਿਹੜਾ ਆ ਸ਼ੇਰੀ ਪੱਤਰਕਾਰ ਜਿਹੜੇ ਆ ਉਹਨੇ ਸ਼ਾਇਦ ਅੱਜ ਉਸ ਨੂੰ ਉੱਥੇ ਕਰ ਰਹੇ ਆ ਜਿਹਦੇ ਨਾਲ ਤੁਸੀਂ ਸਕੂਲ ਆ ਉੱਥੇ ਪਿੰਡ ਦੇ ਵਿੱਚ ਉਹਨਾਂ ਨੂੰ ਵੇਖਦਾ ਗਲਤ ਤਬਾਦਲਾ ਕਰਕੇ ਉਹ ਜ਼ਮੀਨ ਜਿਹੜੀ ਗਰਾਊਂਡ ਵਾਲੀ ਜ਼ਮੀਨ ਬਾਹਰ ਹੀ ਕੋਈ ਅੱਜ ਤਾਈਂ ਕਾਰਵਾਈ ਨਹੀਂ ਫਿਰ ਉੱਥੇ ਉਹਦੇ ਪੱਠੇ ਵਿੱਚੇ ਬਾਹਰ ਦੇ ਨਾਲ ਕੁੱਟਮਾਰ ਕੀਤੀ ਪਰਚੇ ਦਰਜ ਆ ਕੋਈ ਪੁਲਿਸ ਕੋਈ ਕਾਰਵਾਈ ਨਹੀਂ ਕਰ ਜਿਹੜੇ ਚੌਵੀ ਤਰਨ ਤਾਰਨ ਕੱਲ੍ਹ ਲੱਗ ਗਈ ਖਬਰ ਹੈ ਨਾ ਲੱਗ ਗਈ ਲੋਕਲ ਲੈਵਲ ਦੀ ਖਬਰ ਆ ਹੁਣ ਇਹਦਾ ਜਲੰਧਰ ਨਾਲ ਕੋਈ ਲਿੰਕ ਨਹੀਂ ਨਾ ਬੰਦ ਇੱਧਰਲਾ ਸਾਰਾ ਇਲਾਕਾ ਜਿਹੜਾ ਜਲੰਧਰ ਕਪੂਰਥਲਾ ਸਾਰੇ ਅਸੀਂ ਇੱਧਰੋਂ ਜਾ ਰਹੇ ਹਾਂ ਸਾਰੇ ਧੱਕੇਸ਼ਾਹੀ ਜਿਹੜੀ ਹੋਈ ਬਹੁਤ ਇਸ ਤੋਂ ਇਲਾਵਾ ਇੱਕ ਮੁਕੱਦਮਾ ਨੰਬਰ 38 ਬਲਾਤਕਾਰ ਹੋਇਆ ਔਰ 3 ਸਾਲ ਹੋ ਗਏ ਨਾਬਾਲਗ ਲੜਕੀ ਨਾਲ ਬਲਾਤ ਭੁਪਿੰਦਰ ਸਿੰਘ ਬਿੱਟੂ ਮੇਰਾ ਨਾਂ ਜੀ ਮੈਂ ਹਲਕਾ ਖਡੂਰ ਸਾਹਿਬ ਦਾ ਆਮ ਆਦਮੀ ਪਾਰਟੀ ਦਾ ਇੰਚਾਰਜ ਹੈ ਜਨਰਲ ਸੈਕਟਰੀ ਹੈ ਆਮ ਆਦਮੀ ਪਾਰਟੀ ਪੰਜਾਬ ਸਾਡੇ ਮੇਰੇ ਹਲਕੇ ਦੇ ਵਿੱਚ ਰਾਣੀਵਾਲਾ ਪਿੰਡ ਆ ਚੋਲਾ ਸਾਹਿਬ ਦੇ ਨਜ਼ਦੀਕ ਜਿਹੜਾ ਚੋਲਾ ਸਾਹਿਬ ਥਾਣੇ ਦੇ ਵਿੱਚ ਪੈਂਦਾ 6 ਤਰੀਕ ਨੂੰ ਉੱਥੇ ਦਲਿਤ ਪਰਿਵਾਰ ਦੇ ਨਾਲ ਜਿਹੜੀ ਬੀਬੀ ਹਰਪ੍ਰੀਤ ਕੌਰ ਆ ਉਹਦੇ ਨਾਲ ਮਾੜੀ ਨੀਤ ਦੇ ਨਾਲ ਉਹਦੇ ਘਰ ਦੇ ਵਿੱਚ ਦਾਖਲ ਹੋਏ ਉਸ ਪਿੰਡ ਦੇ ਵਿਅਕਤੀ ਨਿਸ਼ਾਨ ਸਿੰਘ ਐਂਡ ਪਾਰਟੀ ਉਹਨਾਂ ਨੇ ਉੱਥੇ ਮੁੜ ਕੇ ਜਦੋਂ ਰੌਲਾ ਰੱਪਾ ਪੈ ਗਿਆ ਵਾਪਸ ਚਲੇ ਕੇ ਬਾਅਦ 'ਚ ਪਰਿਵਾਰ ਦੀ ਆਣ ਕੇ ਬੀਬੀ ਦੀ ਕੁੱਟਮਾਰ ਕੀਤੀ ਉਹਦੇ ਘਰ ਵਾਲਿਆਂ ਦੀ ਕੀਤੀ ਜਦੋਂ ਸਰਿਆਲੀ ਹਸਪਤਾਲ ਦੇ ਵਿੱਚ ਆਪਣਾ ਰਿਜ਼ਲਟ ਲੈਣ ਜਾਣ ਵਾ ਜਾ ਰਿਹਾ ਸੀ ਅਤੇ ਨਾਲ ਪੁਲਿਸ ਦੀ ਮਦਦ ਦੇ ਨਾਲ ਪੁਲਿਸ ASI ਤਰਲੋਚਨ ਸਿੰਘ ਨੂੰ ਨਾਲ ਲੈ ਕੇ ਨਿਸ਼ਾਨ ਸਿੰਘ ਨੇ ਅਤੇ ਜ਼ਬਰਦਸਤੀ ਉਹਨਾਂ 'ਤੇ ਉੱਥੇ ਫਿਰ ਅਟੈਕ ਕੀਤਾ ਕੁੱਟਮਾਰ ਕੀਤੀ ਖਿੱਚ ਧੂ ਕੀਤੀ ਅਤੇ ਜਿਸ ਦੌਰਾਨ ਇੱਕ ਪੱਤਰਕਾਰ ਜਿਹੜਾ ਉੱਥੇ ਉਹਦੀ ਵੀ ਜਿਹੜੀ ਦਸਤਾਰ ਜਿਹੜੀ ਪੱਗ ਆ ਉਹ ਲਾਹ ਦਿੱਤੀ ਗਈ ਜ਼ਮੀਨ 'ਤੇ ਡਿੱਗੀ ਚੁੱਕੀ ਉਹਦੇ 'ਚ ਪੇੜਾਂ ਮਾਰੀਆਂ ਗਈਆਂ ਇੰਨੀ ਗੁੰਡਾਗਰਦੀ ਆ ਜਿਹਦੀ ਅੱਜ ਤਾਈਂ ਕੋਈ ਸੁਣਵਾਈ ਨਹੀਂ ਕੋਈ ਕੁਛ ਨਹੀਂ ਨਿਸ਼ਾਨ ਸਿੰਘ ਜਿਹੜਾ ਰਾਣੀਵਾਲਾ ਪਿੰਡ ਦਾ ਰਹਿਣ ਵਾਲਾ ਇੱਕ ਕਾਂਗਰਸ ਨਾਲ ਸੰਬੰਧ ਰੱਖਦਾ ਜਿਸ ਦਿਨ ਦੀ ਸਰਕਾਰ ਬਣੀ ਉਸ ਦਿਨ ਤੋਂ ਉਹਨੇ ਤਕਰੀਬਨ ਉੱਥੇ 8-10 ਜਿਹੜੇ ਘਰ ਉਹਦੀ ਜ਼ਮੀਨ 'ਤੇ ਜ਼ਬਰਦਸਤੀ ਕਬਜ਼ਾ ਕੀਤਾ ਨਜਾਇਜ਼ ਪੁਲਿਸ ਜਿਹੜੀ ਇਹਦੇ ਨਾਲ ਰਲੀ ਆ ਅਤੇ ਇਹਦੀ ਉਹ 5-52 ਕਰਦੇ ਆ ਅਤੇ ਇਹ ਇੱਕ ਦਲਾਲ ਟਾਊਟ ਟਾਈਪ ਆ ਦਿੰਦੇ ਉਹ ਇੱਕ ਸਰਕਲ ਦਾ ਉਹਨੂੰ ਪ੍ਰਧਾਨ ਲਾਇਆ ਹਲਕਾ ਦੇ ਵਿਧਾਇਕ ਜਿਹੜਾ ਉੱਥੇ ਉਹਨੇ ਲਾਇਆ ਅਤੇ ਉਹ ਆਪਣੇ ਆਪ ਨੂੰ ਉੱਥੋਂ ਦਾ ਇੰਚਾਰਜ ਦੱਸਦਾ ਜਿਹੜੀ ਪੁਲਿਸ ਜਿਹੜੀ ਟੋਟਲ ਹੈ ਜਿਹੜਾ ਉੱਥੇ ਥਾਣੇ ਦਾ SHO ਹੈ ਜਾਂ ਜਿਹੜੀ ਉੱਥੇ SP ਆ DSP ਆ ਕੋਈ ਗੱਲ ਉੱਥੇ ਸੁਣਨ ਨੂੰ ਤਿਆਰ ਨਹੀਂ ਉਹਦੇ ਖਿਲਾਫ ਜਦੋਂ ਅਸੀਂ ਇਹ ਥਾਣੇ ਦੇ ਵਿੱਚ ਗਏ ਅਤੇ ਜਾਂ ਉੱਥੇ ਜਾ ਕੇ ਵੇਖਿਆ ਜਿਹੜਾ ਦੋਸ਼ੀ ਹੈ ਉਹ ਅੰਦਰ ਬੈਠਾ ਜਿਹੜਾ ਉਹ ਪੁਲਿਸ ਦੇ ਨਾਲ ਚਾਹ ਪੀ ਰਿਹਾ ਸੀ ਅਤੇ ਜਿਨ੍ਹਾਂ ਨਾਲ ਲੋਕਾਂ ਨੇ ਧੱਕਾ ਆਇਆ ਉਹ ਧੱਕੇ ਬਾਹਰ ਧੱਕੇ ਖਾ ਰਿਹਾ ਸੀ ਇਹਨਾਂ ਦਾ ਕੋਈ ਪੁਰਾਣੀ ਰੰਜਿਸ਼ ਨਹੀਂ ਮਾੜੀ ਇਹ ਆਪਣੇ ਘਰ ਦੇ ਲਾਗੇ ਖੜ੍ਹੇ ਸੀ ਪਹਿਲਾਂ ਕੋਈ 2 ਲੜਕੇ ਆਏ ਉਹ ਮਾੜੀ ਨੀਤ ਦੇ ਨਾਲ ਇਹਨਾਂ ਦੇ ਘਰ ਗਏ ਫਿਰ ਉਹ ਨਾਲ ਲਾਗੇ ਸੀ ਅਸਲ ਦੇ ਵਿੱਚ ਰੰਜਿਸ਼ ਜਿਹੜੀ ਉਹ ਇਹ ਹੈ ਵੀ ਇਹਨਾਂ ਦਾ ਘਰ ਵਾਲਾ ਜਿਹੜਾ ਉਹ ਨੰਬਰਦਾਰ ਹੈ ਅਤੇ ਉਹਦੇ ਨਾਲ ਇਹਨਾਂ ਜ਼ਮੀਨਾਂ 'ਤੇ ਨਜਾਇਜ਼ ਕਬਜ਼ੇ ਕੀਤੇ ਹੈ ਇਧਰੋਂ ਕਹਿੰਦਾ ਵੀ ਮੇਰੀਆਂ ਗਵਾਹੀਆਂ ਝੂਠੀਆਂ ਸੱਚੀਆਂ ਪਾਓ ਨਹੀਂ ਸੀ ਪਾਉਂਦੇ
ਇਹਨੇ ਉਹਨਾਂ ਇਹਦੇ ਘਰ ਵਾਲੀ ਦੀ ਬਿਜਤੀ ਕਰਾਉਣ ਦੀ ਕੋਸ਼ਿਸ਼ ਕੀਤੀ ਵੀ ਲਾਲ ਲਾਲਾ ਹੋਵੇ। ਉਹ ਬੇਇੱਜ਼ਤੀ ਕਰਾਉਣ ਦੇ ਨਾਲ ਉਹਨੂੰ ਹੱਥੋਂ ਪਾਈ, ਉਹਦੇ ਕੱਪੜੇ ਪਾਲੇ, ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਰੌਲਾ ਪੈ ਗਿਆ ਭੱਜ ਕੇ। ਗਰੀਬ ਦੇ ਉੱਤੇ ਦਲਿਤ ਦਾ ਉਹਨੇ ਇਹਨਾਂ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ। ਸਾਡੀ ਮੰਗ ਆ ਵੀ ਦੋਸ਼ੀਆਂ ਖਿਲਾਫ਼ ਜਿਹੜੀ ਆ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਉਹਦੇ ਖਿਲਾਫ਼ ਜਿਹੜਾ ਇੱਕ ਤਾਂ ਘਰ ਜਿਹੜੀ ਆ ਭੰਨ ਤੋੜ ਕੀਤੀ ਹੈ, ਉਹਦਾ ਜੋ ਘਰ ਦੇ ਅੰਦਰ ਜਾ ਕੇ ਭੰਨ ਤੋੜ ਕੀਤੀ ਉਹਦੀ ਜੋ ਧਾਰਾ ਬਣਦੀ ਹੈ, ਜਿਹੜਾ ਇਹਨਾਂ ਦੀ ਜਾਤੀ ਦੇ ਖਿਲਾਫ਼ ਬੋਲਿਆ ਉਹਦੀ ਜਿਹੜੀ ਧਾਰਾ ਬਣਦੀ ਉਹਦੀ ਲਾਈ ਜਾਵੇ, ਇਹਨਾਂ ਦੇ ਖਿਲਾਫ਼ ਜੋ ਕਾਰਵਾਈ ਬਣਦੀ ਉਹਦਾ ਪਰਚਾ ਦਰਜ ਕੀਤਾ, ਜਿਹੜੀ ਛੇੜਛਾੜ ਕੀਤੀ ਉਹਦੇ ਖਿਲਾਫ਼ ਜਿਹੜੀ ਕਾਰਵਾਈ ਕੀਤੀ ਇਹਦੀ ਬਣਦੀ ਹੈ। ਇੱਥੇ ਬਸ ਨਹੀਂ, ਇਹਨੇ ਉੱਥੇ ਸਕੂਲ ਉੱਥੇ ਜੇ ਉਸ ਪਿੰਡ ਦੇ ਤਕਰੀਬਨ ਇੱਕ ਉੱਥੇ ਬਲਕਾਰ ਸਿੰਘ ਹੈ, ਉਹਨਾਂ ਦੀ ਜ਼ਮੀਨ ਗਲਤ ਤਰੀਕੇ ਦੇ ਨਾਲ ਉਹਦੀ ਤਬਾਦਲਾ ਕਰਕੇ ਉੱਥੇ ਕਬਜ਼ਾ ਕੀਤਾ। ਇੱਕ ਉੱਥੇ ਰਣਜੀਤ ਕੌਰ ਹੈ, ਇੱਥੇ ਬੀਬੀ ਆਈ ਹੈ, ਇਹਨਾਂ ਦੀ ਜ਼ਮੀਨ 'ਤੇ ਨਜਾਇਜ਼ ਕਬਜ਼ਾ ਕੀਤਾ। ਇੱਥੇ ਇੱਕ ਲਖਵਿੰਦਰ ਕੌਰ ਹੈ, ਇਹਨਾਂ ਦੀ ਭੈਣ ਆ, ਉਹਦੀ ਜ਼ਮੀਨ 'ਤੇ ਨਜਾਇਜ਼ ਕਬਜ਼ਾ ਕੀਤਾ। ਸਾਰੇ ਬੰਦੇ ਇੰਜਰਡ ਆ ਜਿਨ੍ਹਾਂ ਨੇ ਉਹਨੇ ਵੱਖ ਵੱਖ ਤਰੀਕੇ ਦੇ ਨਾਲ ਉੱਥੇ ਕਬਜ਼ੇ ਕੀਤੇ ਆ। ਇੱਕ ਇਹਨਾਂ ਦੇ ਆਪਣੇ ਹਰਜਿੰਦਰ ਸਿੰਘ, ਇਹਨਾਂ ਦੀ ਜ਼ਮੀਨ ਇੱਥੇ ਜਿਹੜਾ ਵਾ ਉੱਥੇ ਜ਼ਮੀਨ 'ਤੇ ਨਜਾਇਜ਼ ਕਬਜ਼ਾ ਕੀਤਾ। ਮਤਲਬ ਕਿਹੜਾ ਕਿਹੜਾ ਇੱਕ ਸੱਜਣ ਸਿੰਘ ਹੋਣੀ ਹੈ, ਉਹਨਾਂ ਦੀ ਕੋਠੀ 'ਤੇ ਨਜਾਇਜ਼ ਕਬਜ਼ਾ ਕੀਤਾ, ਜਿਹੜਾ ਪਿੰਡ ਦੇ ਵਿੱਚ ਕੋਠੀ ਸੀ ਉਹ 'ਤੇ ਨਜਾਇਜ਼ ਕਬਜ਼ਾ ਕਰ ਲਿਆ, ਅਤੇ ਅੱਜ ਜਦੋਂ ਦੁਬਾਰਾ ਫਿਰ ਉੱਥੋਂ ਨਜਾਇਜ਼ ਕਬਜ਼ਾ ਜਿਹੜਾ ਉਹਦਾ ਛੁੱਟ ਗਿਆ, ਅਤੇ ਉਹ ਆਪ ਸੱਜਣ ਸਿੰਘ ਹੁਣੇ ਆਏ ਉੱਥੇ ਬੈਠੇ। ਮੇਰਾ ਨਾਮ ਹਰਪ੍ਰੀਤ। ਹਾਂਜੀ, ਕਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹੋ? ਉਸ ਦਿਨ ਜੋ ਵਾਕਿਆ ਹੋਇਆ ਸੀਗਾ ਨਿਸ਼ਾਨ ਸਿੰਘ ਨਾਲ, ਉਹ ਪੂਰਾ ਦੱਸੋ ਕੀ ਗੱਲ ਸੀ? ਮੈਂ ਇਕੱਲੀ ਘਰੇ ਸੀ ਅਤੇ ਨਿਸ਼ਾਨ ਸਿੰਘ ਅਤੇ ਸੱਤਾ ਆਏ ਅਤੇ ਮੇਰੀ ਇੱਜ਼ਤ ਨੂੰ ਪੈ ਗਏ ਸੀ ਅਤੇ ਨਾਲਾ ਵੀ ਤੋੜਤਾ ਅਤੇ ਕਹਿੰਦਾ ਕੁੱਤਕੇ ਚੂੜ ਕੇ ਕੱਢ ਆਪਦੇ ਨੰਬਰਦਾਰ ਨੂੰ, ਅਤੇ ਮੁੜ ਕੇ ਮੈਂ ਰੌਲਾ ਪਾਇਆ, ਮੇਰਾ ਜੇਠ ਆਇਆ ਭੱਜਿਆ, ਇਹਨੂੰ ਵੀ ਕੁੱਟਣ ਮਾਰਨ ਡਹਿ ਪਏ, ਸਾਡਾ ਘਰ ਬੂਹਾ ਵੀ ਸਾਰਾ ਤੋੜਤਾ ਅਤੇ ਮੇਰੇ ਘਰ ਵਾਲੇ ਨੂੰ ਵੀ ਕੁੱਟਣ ਮਾਰਨ ਡਹਿ ਪਏ। ਇਹ ਕਾਂਗਰਸ ਦੇ ਬੰਦੇ ਆ, ਸਾਡੇ ਨਾਲ ਨੰਬਰਦਾਰੀ ਤੋਂ ਵੀ ਗਵਾਹੀ ਕਿਉਂ ਨੀ ਪਾਈ, ਤਾਂ ਝੂਠੀ ਗਵਾਹੀ ਕਿਸ ਤਰ੍ਹਾਂ ਪਾ ਦੇ ਕਿਸੇ ਦੀ? ਅਸੀਂ ਨੰਬਰਦਾਰ, ਇਹਦੇ ਘਰ ਵਾਲਾ ਜਸਬੀਰ ਸਿੰਘ। ਹਾਂਜੀ, ਸਾਨੂੰ ਬਹੁਤ ਕੁੱਟ ਮਾਰ ਕੀਤੀ ਆ, ਪ੍ਰਾਈਵੇਟ ਗੱਡੀ ਚੱਲਦੀ ਚੱਲੇ ਆਇਆ ਵਾ ਸੁੱਟ ਕੇ ਮੁੜ ਕੇ, ਨਹੀਂ ਕੀਤੀ ਹਾਲੇ ਤੀਕਰ ਕੋਈ ਸੁਣਾਈ ਨਹੀਂ ਮੇਰੀ ਕੀਤੀ ਉਹਨਾਂ ਨੇ। ਪੁਲਿਸ ਉਹਦੇ ਵੱਲ ਦੀ ਗੱਲ ਕਰਦੀ ਆ, ਸਾਡੀ ਮੰਗ ਆ ਵੀ ਸਾਡੀ ਸੁਣਾਈ ਹੋਣੀ ਚਾਹੀਦੀ ਸਾਰੀ। ਯੂ ਆਰ ਵਾਚਿੰਗ ਚੈਨਲ ਵਾਈ, ਚੈਨਲ ਵਾਈ, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।